ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ। ਮੈਂ ਹਾਂ ਵਿਜੇ ਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਵਿਧਾਨ ਸਭਾ 2022 ਦੀਆਂ ਚੋਣਾਂ ਦਾ ਮਤਦਾਨ 20 ਫਰਵਰੀ ਨੂੰ ਹੋਣ ਜਾ ਰਿਹਾ ਹੈ। ਉੱਥੇ ਪੂਰੇ ਪੰਜਾਬ ਦੇ ਅੰਦਰ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਹਲਕਾ ਬੰਗਾ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਤਲੋਚਨ ਸਿੰਘ ਸੂੰਡ, ਸਾਬਕਾ ਵਿਧਾਇਕ ਜੋ ਕਿ ਉਮੀਦਵਾਰੀ ਵਜੋਂ ਮੈਦਾਨ ਦੇ ਵਿੱਚ ਹਨ, ਉਹਨਾਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਅਤੇ ਚੋਣ ਜਲਸੇ ਕਰਕੇ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਲਾਮਬੰਦ ਕਰ ਰਹੇ ਹਨ। ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਚਿਹਰਾ ਲਾਲਣ ਦੇ ਨਾਲ ਵਰਕਰਾਂ ਦੇ ਵਿੱਚ ਭਾਰੀ ਜੋਸ਼ ਭਰਿਆ ਹੈ। ਇਸ ਵਾਰ ਵੀ ਲੋਕ ਕਾਂਗਰਸ ਦੇ ਹੱਕ ਦੇ ਵਿੱਚ ਫਤਵਾ ਦੇ ਕੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣਾਉਣਗੇ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਕੰਵਲਜੀਤ ਬੰਗਾ, ਹਰਭਜਨ ਸਿੰਘ ਭਰੋਲੀ, ਰਘਵੀਰ ਸਿੰਘ ਬਿੱਲਾ, ਚੈਨ ਰਾਮ ਬੰਗਾ, ਹੁਸਨ ਸਿੰਘ ਮਾਂਗਟ, ਰਾਜ ਕੁਮਾਰ ਡੰਡੂਆ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਅਮਰਜੀਤ ਕਲਸੀ, ਅਵਤਾਰ ਸਿੰਘ ਮਾਨ ਤੋਂ ਇਲਾਵਾ ਭਾਰੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ। ਬੰਗਾ ਤੋਂ ਹਰਬੰਸ ਲਾਲ ਸੂਣ ਦੀ ਵਿਸ਼ੇਸ਼ ਰਿਪੋਰਟ। ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾਂ ਨੇ ਜਿੰਨੇ ਕੰਮ ਕੀਤੇ ਆ ਸਮਾਜ ਦੇ ਸਾਰੇ ਵਰਗਾਂ ਦੇ ਵਾਸਤੇ, ਔਰ ਉਹ ਸਾਰੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾਂ ਨੂੰ ਇੱਕ ਮੌਕਾ ਹੋਰ ਦੇਣਾ ਤਾਂ ਕਿ ਜਿੰਨੀਆਂ ਵੀ ਸਕੀਮਾਂ ਸਮਾਜ ਦੇ ਸਾਰੇ ਵਰਗਾਂ ਦੇ ਵਾਸਤੇ ਕੋਈ ਰਹਿ ਗਈਆਂ ਉਹ ਵੱਧ ਤੋਂ ਵੱਧ ਪੂਰੀਆਂ ਕਰਨੀਆਂ, ਔਰ ਬੱਚਿਆਂ ਨੂੰ ਜਿਹੜਾ ਵੋਕੇਸ਼ਨਲ ਅਤੇ ਪ੍ਰੋਫੈਸ਼ਨਲ ਐਜੂਕੇਸ਼ਨ ਹੈ ਉਹਦੇ ਨਾਲ ਜੋੜਨਾ ਤਾਂ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਦੇ ਉੱਪਰ ਆਪ ਖੜ੍ਹੇ ਹੋ ਸਕਣ। ਔਰ ਮੈਂ ਇਹੀ ਬੇਨਤੀ ਕਰਦਾ ਸਾਰੇ ਹੀ ਪੰਜਾਬੀਆਂ ਨੂੰ ਔਰ ਇਲਾਕਾ ਵਾਸੀਆਂ ਨੂੰ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾਂ ਨੂੰ ਇੱਕ ਮੌਕਾ ਹੋਰ ਦੇਣ ਦੇ ਵਾਸਤੇ ਕਾਂਗਰਸ ਪਾਰਟੀ ਨੂੰ ਵੱਧ ਚੜ੍ਹ ਕੇ ਵੋਟਾਂ ਪਾਈਏ ਤਾਂ ਕਿ ਆਪਣੇ ਸਮਾਜ ਦਾ ਭਲਾ ਹੋ ਸਕੇ। ਜੈ ਹਿੰਦ। ਰਹੀ ਆ ਉਸ ਦੇ ਵਿੱਚ ਅੱਜ ਤੁਹਾਡੇ ਪਿੰਡ ਮਡਾਲੀ ਵਿਖੇ ਪਹੁੰਚੇ ਹਾਂ। ਜਿਵੇਂ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਚੌਧਰੀ ਤਲੋਚਨ ਸਿੰਘ ਸੂਣ ਜੀ, ਜੋ ਵਿਧਾਨ ਸਭਾ ਹਲਕਾ ਬੰਗਾ ਤੋਂ ਆਪਣੇ ਕੈਂਡੀਡੇਟ ਹਨ, ਰਘਵੀਰ ਸਿੰਘ ਬਿੱਲਾ ਜੀ, ਜ਼ਿਲ੍ਹਾ ਵਾਈਸ ਪ੍ਰਧਾਨ ਸ਼ਰਮਾ ਜੀ, ਹਰਭਜਨ ਸਿੰਘ ਭਰੋਲੀ ਜੀ, ਤੀਤ ਸਿੰਘ ਮਿਲੀਆਣਾ ਜੀ, ਅਮਨਾ ਜੀ, ਹੋਰ ਇਸ ਨਗਰ ਦੇ ਸਰਪੰਚ ਸਾਹਿਬ ਲੰਬੜਦਾਰ ਖੋਥਣਾ ਤੋਂ, ਜਿੰਨੇ ਵੀ ਪੰਚ ਸਰਪੰਚ ਅਤੇ ਲੰਬੜਦਾਰ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਸ਼ਰਮਾ ਜੀ ਨੇ ਤਕਰੀਬਨ ਦੱਸਿਆ ਹੀ ਦਿੱਤਾ ਸਰਕਾਰ ਦੀਆਂ ਉਪਲਬਧੀਆਂ ਵੀ, ਔਰ ਕਿਵੇਂ ਕਿਵੇਂ CM ਸਾਹਿਬ ਨੂੰ ਦੁਆਰਾ ਜਿਹੜਾ ਚੇਂਜ ਕਰਕੇ ਬਣਾਇਆ ਗਿਆ। ਗੱਲ ਇਹ ਆ ਵੀ ਚੇਂਜ ਕਰਨ ਦੀ ਲੋੜ ਕਿਉਂ ਪਈ, ਅਤੇ ਉਹ ਆਪਾਂ 2017 ਦੇ ਵਿੱਚ ਇੱਕ ਭਾਰੀ ਬਹੁਮਤ ਨਾਲ ਕਾਂਗਰਸ ਪਾਰਟੀ ਨੂੰ ਜਿਤਾ ਕੇ ਕਾਂਗਰਸ ਪਾਰਟੀ ਦੇ ਹੀ ਜਿਹੜੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਜੀ, ਪਰ ਜੋ ਆਪਣੀਆਂ ਆਸਾਂ ਜੋ ਆਪਣੀਆਂ ਉਹਨਾਂ 'ਤੇ ਖੁਆਇਸ਼ਾਂ ਸੀਗੀਆਂ ਉਹਨਾਂ ਨੂੰ ਪੂਰਾ ਨਹੀਂ ਕੀਤਾ ਉਹਨੇ। ਆਪਾਂ ਮੌਜੂਦ ਸੀ, ਸਾਡੇ ਕੈਬਨਿਟ ਮਿਨਿਸਟਰ ਵੀ ਜਿਹੜੇ ਉਹ ਵੀ ਮੌਜੂਦ ਸਨ, ਕਿਉਂਕਿ ਉਹਨਾਂ ਦੀ ਸੁਣਵਾਈ ਹੀ ਨਹੀਂ ਹੋ ਰਹੀ ਸੀ। ਜਦੋਂ ਵੀ ਕਿਤੇ ਉਹ ਆਪਣੇ ਕੰਮਕਾਰ ਕਰਵਾਉਣ ਲਈ ਆਪਣੇ ਹਲਕਿਆਂ ਦੇ ਕੰਮ ਕਰਵਾਉਣ ਲਈ ਕੈਪਟਨ ਸਾਹਿਬ ਕੋਲ ਜਾਂਦੇ ਸਨ, ਉਹ ਮਿਲਣ ਦਾ ਟਾਈਮ ਹੀ ਨਹੀਂ ਦਿੰਦੇ ਸਨ। ਸੋ ਅਸੀਂ ਧੰਨਵਾਦ ਕਰਦੇ ਹਾਂ ਸੋਨੀਆ ਗਾਂਧੀ ਜੀ ਦਾ, ਪ੍ਰਿਯੰਕਾ ਗਾਂਧੀ ਜੀ, ਔਰ ਵਿਸ਼ੇਸ਼ ਧੰਨਵਾਦ ਰਾਹੁਲ ਗਾਂਧੀ ਜੀ ਦਾ, ਜਿਨ੍ਹਾਂ ਨੇ ਇੱਕ ਵੱਡੇ ਲੀਡਰ ਨੂੰ, ਇੱਕ ਆਪਣੀ ਹੀ ਪਾਰਟੀ ਦੇ ਲੀਡਰ ਨੂੰ ਸਾਈਡ 'ਤੇ ਕਰਨ ਲਈ ਬਹੁਤ ਵੱਡਾ ਜਿਹੜਾ ਫੈਸਲਾ ਲਿਆ, ਉਹਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਅੱਗੇ ਲਿਆ ਕੇ, ਔਰ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਸਨ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਹੰਭਲਾ ਮਾਰ ਕੇ ਕੈਪਟਨ ਸਾਹਿਬ ਨੂੰ ਲਾਂਭੇ ਕੀਤਾ ਅਤੇ ਦੁਬਾਰਾ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਅੱਗੇ ਲਿਆਂਦਾ। ਉਹਦੇ ਵਿੱਚ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾਂ ਸ਼੍ਰੀ ਰਾਹੁਲ ਗਾਂਧੀ ਜੀ ਦਾ, ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ